करीब करीब 1.25 लाख तो 1.5 लाख लोगों 11 बेलियां ने और साड़ी टीम पल्यों 10-10, 15-15 लाख हालांकि मैं तुहानूं इह दस दिंदा कि जिहड़ा मैनूं एक्यूप्रेशर करन वाला ना उहदी 15,000 तनखा 25,000 पल्यों पा के उहने देते। पंजाब दे विच जिहड़ी ये लंगर की प्रथा, पंजाब दे लोकां दी आस्था, पंजाब दे लोकां दी वंड छकण दी जिहड़ी भावना है, मैं उहनूं सलाम करदा, साफा धरती ते ला के उहनूं नमन करदा। ਜਦੋਂ ਮੈਂ ਪਹਿਲੇ ਦਿਨ ਕਰਿਆਨੇ ਦੀਆਂ ਦੁਕਾਨਾਂ ਜਾ ਕੇ ਖੁਲਵਾਈਆਂ ਸੀ, ਮਜਬੂਰੀ 'ਚ ਮੈਨੂੰ ਨਿਕਲਣਾ ਪਿਆ, ਕੁਛ ਕਾਉਂਸਲਾਂ ਦੇ ਘਰ ਲੋਕ ਗਏ, ਉਹਨਾਂ ਨੂੰ ਖਾਣੇ ਦੀ ਜ਼ਰੂਰਤ ਸੀ ਔਰ ਪਰਪਸ ਡਿਫੀਟ ਹੁੰਦਾ ਸੀ, ਜਿਹੜਾ ਮਕਸਦ ਆ ਲੋਕਡਾਊਨ ਦਾ ਉਹ ਹਾਰਦਾ ਸੀ ਜੇ ਲੋਕ ਸੜਕਾਂ 'ਤੇ ਉਤਰੇ ਆਉਂਦੇ। ਇਸ ਔਖੀ ਘੜੀ ਦੇ ਵਿੱਚ ਜਿਹੜਾ ਮੇਰੇ ਇਮਾਨ ਦੇ ਉੱਤੇ, ਜਿਹੜਾ ਮੇਰੀ ਇਮਾਨਦਾਰੀ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਲਾਈਨ ਲਾ ਕੇ ਲੋਕਾਂ ਨੇ, ਕਿਸੇ ਨੇ 5 ਲੱਖ, ਕਿਸੇ ਨੇ 10 ਲੱਖ, ਕਿਸੇ ਨੇ 3 ਲੱਖ, ਕਿਸੇ ਨੇ 4 ਲੱਖ, 5 ਪੈਸੇ ਨਹੀਂ ਖਰਚ ਹੋਣ ਦਿੱਤੇ। ਅਤੇ ਲੋਕ ਕਹਿੰਦੇ ਆ ਕਿ ਇਲੈਕਸ਼ਨ 4 ਕਰੋੜ 'ਚ ਲੜੇ ਜਾਂਦੇ ਆ, ਕੋਈ ਕਹਿੰਦਾ 3 ਚ ਲੜੇ ਜਾਂਦੇ ਆ। ਮੈਂ ਕਹਿੰਦਾ ਜਿੱਦਾਂ ਲੋਕ ਇਲੈਕਸ਼ਨ ਲੜਾਉਂਦੇ ਆ ਉੱਦਾਂ ਹੀ ਲੋਕਾਂ ਨੇ ਕਤਾਰ 'ਚ ਖੜ੍ਹੇ ਹੋ ਕੇ ਕਰੀਬ ਕਰੀਬ 1.25 ਕਰੋੜ ਦੇ ਲਾਗੇ ਤੱਕ ਸਰਕਾਰ ਨੇ 2300 ਨੀਲੇ ਕਾਰਡ ਜਿਹੜੇ ਸਾਡੇ ਕੌਂਸਟੀਚੁਐਂਸੀ ਦੇ 23,000 ਨੀਲੇ ਕਾਰਡ, ਉਹਨਾਂ ਨੂੰ ਪਹਿਲੇ ਸੱਟੇ ਕਣਕ ਭੇਜੀ, ਕਰੀਬ 90,000 ਬੰਦੇ ਉਹਦੇ 'ਚ ਕਵਰ ਹੋ ਗਏ, 8,000 ਪਰਿਵਾਰਾਂ ਨੂੰ ਸਰਕਾਰ ਨੇ ਅਨਾਜ ਭੇਜਿਆ। ਇਹ ਵਕਤ ਇਹੋ ਜਿਹਾ ਸੀਗਾ ਕਿ ਸਰਕਾਰ ਦਾ ਸਹਿਯੋਗ ਕਰਨ ਦਾ ਟਾਈਮ ਸੀ, 1.25 ਲੱਖ ਲੋਕਾਂ ਤੋਂ ਉੱਤੇ, ਕਰੀਬ ਕਰੀਬ 1.25 ਲੱਖ ਤੋਂ 1.5 ਲੱਖ ਲੋਕਾਂ ਨੂੰ 11 ਬੇਲੀਆਂ ਨੇ ਔਰ ਸਾਡੀ ਟੀਮ ਜਿਹਦੇ ਵਿੱਚ ਸੋਨੂੰ, ਜਿਹਦੇ ਵਿੱਚ ਮੈਂ ਜੇ ਨਾਮ ਨਾ ਲਵਾਂ ਸੋਢੀ, ਗੌਰਵ, ਹਾਂਜੀ ਸੰਦੀਪ, ਇਹਨਾਂ ਲੋਕਾਂ ਨੇ ਪੱਲਿਓਂ 10-10, 15-15 ਲੱਖ ਹਾਲਾਂਕਿ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜਾ ਮੈਨੂੰ ਐਕਿਊਪ੍ਰੈਸ਼ਰ ਕਰਨ ਵਾਲਾ ਨਾ ਉਹਦੀ 15,000 ਤਨਖਾਹ 25,000 ਪੱਲਿਓਂ ਪਾ ਕੇ ਉਹਨੇ ਦਿੱਤੇ। ਸੋ ਪੰਜਾਬ ਦੇ ਵਿੱਚ ਜਿਹੜੀ ਇਹ ਲੰਗਰ ਦੀ ਪ੍ਰਥਾ, ਪੰਜਾਬ ਦੇ ਲੋਕਾਂ ਦੀ ਆਸਥਾ, ਪੰਜਾਬ ਦੇ ਲੋਕਾਂ ਦੀ ਵੰਡ ਛਕਣ ਦੀ ਜਿਹੜੀ ਭਾਵਨਾ ਹੈ, ਮੈਂ ਉਹਨੂੰ ਸਲਾਮ ਕਰਦਾ, ਸਾਫਾ ਧਰਤੀ 'ਤੇ ਲਾ ਕੇ ਉਹਨੂੰ ਨਮਨ ਕਰਦਾ ਕਿ ਅੱਜ ਵੀ ਇਹ ਗੱਲ ਪ੍ਰਮਾਣਿਤ ਹੋ ਗਈ ਔਰ ਬੜੀ ਸੰਤੁਸ਼ਟੀ ਵਾਲੀ ਹੈ ਕਿ ਜੇ ਬੰਦਾ ਇਮਾਨਦਾਰ ਹੋਵੇ ਅਤੇ ਜੇ ਬੰਦੇ ਦੇ ਪੱਲੇ ਕਿਰਦਾਰ ਹੋਵੇ ਤਾਂ ਲੋਕ ਉਹਨੂੰ ਸੋਸ਼ਲ ਸਰਵਿਸ, ਲੋਕ ਉਹਨੂੰ ਲੋਕ ਸੇਵਾ ਦਾ ਜ਼ਰੀਆ ਬਣਾਉਣ ਨੂੰ ਤਿਆਰ ਹੁੰਦੇ ਆ। ਔਰ ਲੋਕ, ਮੇਰੇ ਇੱਕ ਦੋਸਤ ਨੇ ਮੈਨੂੰ ਫੋਨ ਕੀਤਾ, ਕਹਿੰਦਾ ਮੇਰਾ ਫਾਦਰ ਇਨ ਲੋ ਕਹਿੰਦਾ ਵੀ ਸਿੱਧੂ ਨੂੰ 2 ਲੱਖ ਭੇਜ ਦਿਓ। ਉਹ ਕਹਿੰਦਾ ਜੀ ਤੁਸੀਂ ਮੋਹਾਲੀ ਰਹਿੰਦੇ ਹੋ ਵੀ 2 ਲੱਖ ਇੱਥੇ ਲਾ ਦਿੰਦੇ ਹਾਂ, ਕਹਿੰਦਾ ਨਹੀਂ ਯਾਰ ਉਹਨੂੰ ਭੇਜ ਦੇ, ਵਧੀਆ ਨੀਂਦ ਆਊ, ਪਤਾ ਹੈ ਵੀ ਪਹੁੰਚਾ ਦੂਗਾ। ਅਸੀਂ ਆਪਦੇ ਕੋਲ ਕੁਛ ਨਹੀਂ ਲਿੱਤਾ, ਸਿੱਧਾ ਜਿਹੜੀ ਰਾਸ਼ਨ ਦੀ ਦੁਕਾਨ ਹੈ ਉੱਥੇ ਹੀ ਇਹ ਸਾਰੇ ਪੈਸੇ ਗਏ, ਉੱਥੋਂ ਹੀ ਸਿੱਧਾ ਸਮਾਨ ਸਪਲਾਈ ਹੋਇਆ। ਔਰ ਮੈਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਅੱਜ ਇਸ ਗੱਲ 'ਤੇ ਖੁਸ਼ ਹਾਂ ਕਿ ਇਹ 15 ਸਾਲ ਹੋ ਗਏ, ਇਹ ਭਰੋਸਾ ਜਿਹੜਾ ਲੋਕਾਂ ਦਾ ਮੈਨੂੰ ਉਹਨਾਂ 'ਚ ਪਰਮੇਸ਼ੁਰ ਦਿਖਦਾ, ਇਹ ਟੁੱਟਿਆ ਨਹੀਂ। ਔਰ ਇਹ ਗੱਲ ਫਿਰ ਪ੍ਰਮਾਣਿਤ ਹੋ ਗਈ ਕਿ ਜੇ ਕ੍ਰੈਡੀਬਿਲਿਟੀ ਹੋਵੇ, ਇਮਾਨਦਾਰੀ ਹੋਵੇ, ਲੋਕ ਤੁਹਾਨੂੰ ਜ਼ਰੀਆ ਬਣਾਉਂਦੇ ਆ ਲੋਕ ਸੇਵਾ ਦਾ। ਲੋਕ ਕਹਿੰਦੇ ਇਲੈਕਸ਼ਨ 1-5 ਕਰੋੜ 'ਚ ਲੜਿਆ ਜਾਂਦਾ, 4 ਕਰੋੜ 'ਚ ਲੜਿਆ ਜਾਂਦਾ, ਮੈਂ 6 ਇਲੈਕਸ਼ਨ 50 ਲੱਖ 'ਚ ਲੜਤੇ, ਮੈਂ ਆਪਦੇ ਪੱਲਿਓਂ ਲਾਏ ਹੀ ਨਹੀਂ, ਲੋਕਾਂ ਨੇ ਲਾਤੇ, ਆਪ ਹੀ ਲੜਤੇ। ਅੱਜ ਵੀ ਇਸ ਆਪਦਾ ਦੇ ਵਿੱਚ ਮੈਂ ਹੈਰਾਨ ਹਾਂ ਔਰ ਮੈਂ ਫਿਰ ਹੱਥ ਬੰਨ ਕੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਸ ਕੌਂਸਟੀਚੁਐਂਸੀ ਦੇ, ਅੱਜ ਤੁਸੀਂ ਦੇਖੋ ਆ ਬਰਗਾੜੀਆ ਮੁੰਡਾ, ਸਾਲ ਪਹਿਲਾਂ ਮੈਂ ਇਹਨਾਂ ਨੂੰ ਮਿਲਣ ਗਿਆ ਸੀ, ਰੁਪਿੰਦਰ ਅਤੇ ਭਰਾ ਇਹਦਾ ਜਸਵਿੰਦਰ,
ਇਹਦੇ 'ਤੇ ਸ਼ਿੱਦਤ ਹੋਈ ਸੀ। ਜਾਣਾ ਤਾਂ ਮੈਨੂੰ ਚਾਹੀਦਾ ਸੀ ਇਹਨਾਂ ਦੇ ਨਾ ਸੂਰ ਦੇ ਉੱਤੇ ਮੱਲਮ ਪਾਉਣ, ਲੇਕਿਨ ਇੱਥੇ ਖੜੋਤੇ ਅੱਜ 500 ਤੋੜੇ ਲੈ ਕੇ ਆਏ, ਖਾਲਸਾ ਜੀ ਨਾਲ ਲੈ ਕੇ ਆਇਆ 15-20 ਬੰਦੇ, ਇਹਨਾਂ ਨੂੰ ਖਾਣਾ ਛਕਾਇਆ ਮੈਂ। ਮੈਂ ਕਿਹਾ ਕਿਉਂ? ਕਹਿੰਦੇ ਜੀ ਇੱਥੇ ਅਸੀਂ 500 ਪਰਿਵਾਰਾਂ ਦੇ ਲਈ ਰਾਸ਼ਨ ਲੈ ਕੇ। ਇਹ ਅੱਖਾਂ ਭਰਦੀਆਂ, ਜਿੱਥੇ ਵਿਸ਼ਵਾਸ ਹੁੰਦਾ ਨਾ ਉੱਥੇ ਸਫਲਤਾ ਦੇ ਨਾਲ ਸੰਤੁਸ਼ਟੀ ਹੁੰਦੀ ਹੈ। ਬੜਾ ਸੰਤੁਸ਼ਟ ਹਾਂ ਔਰ ਸਭ ਦਾ ਧੰਨਵਾਦ ਕਰਦਾ। ਸਰਕਾਰ ਨੇ ਹੁਣ ਸਾਡੇ ਤੋਂ ਲਿਸਟ ਮੰਗੀ ਹੈ ਵੀ ਪ੍ਰਵਾਸੀ ਕਿੱਥੇ ਰਹਿੰਦੇ ਆ, ਕੌਂਸਲਾਂ ਰਾਹੀਂ ਲਿਸਟ। ਅਸੀਂ ਇੱਕ ਵਾਰ ਕੌਂਸਟੀਚੁਐਂਸੀ ਭੁਗਤਾਤੀ ਹੈ, ਇਹ ਦੂਜਾ ਰਾਊਂਡ ਹੈ। ਕੱਲ੍ਹ ਤੱਕ 20,000 ਬੰਦਿਆਂ ਨੂੰ ਰਾਸ਼ਨ ਪਹੁੰਚਾ ਦੇਵਾਂਗੇ, ਲੇਕਿਨ ਸਰਕਾਰ ਨੇ ਜੋ ਸਾਡੇ ਤੋਂ ਮੰਗੀ ਹੈ, ਇੱਕ ਇੱਕ ਕੌਂਸਲਰ ਨੂੰ ਕਹਿ ਦਿੱਤਾ ਕਿ ਜਿੰਨਿਆਂ ਦੀ ਲਿਸਟ ਹੈ ਉਹ ਦਿਓ, ਜੇ ਸਰਕਾਰ ਡਾਇਰੈਕਟ ਦੇਣਾ ਚਾਹੁੰਦੀ ਹੈ ਅਸੀਂ ਵਿਭਾਗੀ ਸਮਝਾਂਗੇ। ਧੰਨਵਾਦ ਸਰ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ? ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।